ਗੱਲ ਕਰਨ ਜਾ ਰਹੇ ਹਾਂ ਉਹਨਾਂ ਟੀਚਰਸ ਦੀ ਜਿਨ੍ਹਾਂ ਨੂੰ ਤੁਸੀਂ ਅਧਿਆਪਕ, ਸਰ, ਮੈਡਮ ਜਾਂ ਫਿਰ ਗੁਰੂ ਕਹਿੰਦੇ ਹੋ, ਜਿਨ੍ਹਾਂ ਨੇ ਇਸ ਕਰੋਨਾ ਕਾਲ ਦੇ ਵਿੱਚ ਵੀ ਔਨਲਾਈਨ ਕਲਾਸਿਸ ਦੇ ਕੇ ਤੁਹਾਡਾ ਹੱਥ ਫੜ ਰੱਖਿਆ ਹੈ, ਕਿਤੇ ਪਿੱਛੇ ਨਾ ਰਹਿ ਜਾਓ ਇਸ ਗੱਲ ਦਾ ਅਰਮਾਨ ਜਗਾ ਰੱਖਿਆ ਹੈ। ਸੌਖਾ ਨਹੀਂ ਹੈ ਔਨਲਾਈਨ ਪੜ੍ਹਾਉਣਾ, ਸੌਖਾ ਨਹੀਂ ਹੈ ਔਨਲਾਈਨ ਪੜ੍ਹਾਉਣਾ, ਪਰ ਫਿਰ ਵੀ ਇੱਕ ਆਸ ਜਗਾ ਰੱਖੀ ਹੈ। ਜਾਣਦੇ ਹਾਂ ਕਿ ਤਰਕੀਬਾਂ ਦਾ ਤੁਹਾਡੇ ਕੋਲ ਬਹੁਤ ਨੇ, ਉਹਨਾਂ ਦੀਆਂ ਆਸਾਂ ਦੇ ਪਾਣੀ ਫੇਰਨ ਦੀਆਂ ਇੱਕ ਸਾਈਡ ਪਬਜੀ ਅਤੇ ਦੂਜੀ ਸਾਈਡ ਯੈਸ ਮੈਡਮ ਕਹਿਣ ਦੀਆਂ, ਪਬਜੀ ਤੋਂ ਯਾਦ ਆਇਆ ਕਿ ਪਬਜੀ ਤਾਂ ਬੈਨ ਹੋ ਗਿਆ। ਚਲੋ ਕੁਛ ਆਸਾਂ ਦੇ ਪਾਣੀ ਤੁਹਾਡੇ ਵੀ ਫਿਰਿਆ ਤਾਂ ਮੈਡਮ ਨੂੰ ਕੁਛ ਸਕੂਨ ਮਿਲ ਗਿਆ। ਗੱਲ ਜੇ ਟੀਚਰਸ ਦੀ ਸ਼ੁਰੂ ਹੋਈ ਹੈ ਤਾਂ ਟੀਚਰ ਦੀ ਗੱਲ ਜਿਹੜੀ ਆ ਆਪਾਂ ਫੀਮੇਲ ਟੀਚਰ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਆਪਣੀ ਫੀਮੇਲ ਟੀਚਰ ਸੀ ਉਹ ਸੀ ਸਾਵਿਤਰੀ ਬਾਈ ਫੁੱਲੇ, ਅਤੇ ਉਹਨਾਂ ਦੇ ਜਿਹੜੇ ਹਸਬੈਂਡ ਸੀ ਜੋਤੀ ਰਾਓ ਫੁੱਲੇ, ਉਹਨਾਂ ਦੋਨਾਂ ਨੇ ਮਿਲ ਕੇ ਜਿਹੜਾ ਆ ਫਸਟ ਸਕੂਲ ਇੰਡੀਆ ਦੇ ਵਿੱਚ 1848 ਈਸਵੀ ਦੇ ਵਿੱਚ ਸ਼ੁਰੂ ਕੀਤਾ ਸੀ, ਅਤੇ ਜਿਹੜੀ ਜੋਤੀ ਆਪਣੇ ਸਾਵਿਤਰੀ ਰਾਏ ਫੁੱਲੇ ਸੀ ਉਹ ਇੰਡੀਆ ਦੀ ਪਹਿਲੀ ਫੀਮੇਲ ਟੀਚਰ ਸੀ ਜਿਨ੍ਹਾਂ ਨੇ ਇੱਕ ਗਰਲਸ ਐਜੂਕੇਸ਼ਨ ਸਕੂਲ ਜਿਹੜਾ ਸੀ ਸ਼ੁਰੂ ਕੀਤਾ ਸੀ। ਅਤੇ ਉਹ ਸਕੂਲ ਰਾਤ ਦੇ ਸਮੇਂ ਵਿੱਚ ਜਿਹੜਾ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ, ਕਿਉਂਕਿ ਅੰਗਰੇਜ਼ਾਂ ਦਾ ਸ਼ਾਸਨ ਸੀ, ਅੰਗਰੇਜ਼ਾਂ ਦੇ ਸ਼ਾਸਨ ਵਿੱਚ ਤੁਸੀਂ ਕਿਸੇ ਨੂੰ ਪੜ੍ਹਾਈ ਵੀ ਨਹੀਂ ਕਰਵਾ ਸਕਦੇ ਸੀ। ਸੋ ਅੰਗਰੇਜ਼ਾਂ ਦੇ ਖਿਲਾਫ ਸਾਵਿਤਰੀ ਬਾਈ ਫੁੱਲੇ ਨੇ ਬਹੁਤ ਹੀ ਜ਼ਿਆਦਾ ਜਿਹੜਾ ਲੜੇ ਸੀ। ਉਸ ਤੋਂ ਬਾਅਦ ਉਹਨਾਂ ਨੇ ਇਹ ਜਿਹੜਾ ਸਕੂਲ ਸੀ ਰਾਤ ਦੇ ਸਮੇਂ ਜਿਹੜਾ ਸ਼ੁਰੂ ਕਰ ਦਿੱਤਾ ਸੀ, ਜਿਹਦੇ ਵਿੱਚ ਇਹ ਆਪਣਾ ਸਕੂਲ ਜਿਹੜਾ ਇੰਡੀਆ ਦਾ ਫਸਟ ਸਕੂਲ ਸੀਗਾ। ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ 5 ਸਪਤੰਬਰ ਨੂੰ ਕਿਉਂ ਮਨਾਇਆ ਜਾਂਦਾ, ਤਾਂ ਉਹਨਾਂ ਦਾ ਕਾਰਨ ਹੈਗੇ ਆ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ ਜੀ। ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ ਜੀ ਜਿਹੜੇ ਆਪਣੇ ਇੰਡੀਆ ਦੇ ਦੂਸਰੇ ਰਾਸ਼ਟਰਪਤੀ ਰਹਿ ਚੁੱਕੇ ਆ, ਅਤੇ ਉਹਨਾਂ ਨੇ ਪਹਿਲੇ ਜਿਹੜੇ ਉਪ ਰਾਸ਼ਟਰਪਤੀ ਵੀ ਉਹ ਰਹਿ ਚੁੱਕੇ, ਅਤੇ ਉਹ ਬਹੁਤ ਹੀ ਮਹਾਨ ਟੀਚਰ ਵੀ ਰਹਿ ਚੁੱਕੇ ਆ, ਅਤੇ ਉਹਨਾਂ ਨੇ ਆਪਣੇ ਜੀਵਨ ਦਾ 40 ਸਾਲ ਜਿਹੜਾ ਆ ਉਹ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕੀਤੀ ਆ। ਅਤੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਆਪਣਾ ਵੱਡਾ ਯੋਗਦਾਨ ਦਿੱਤਾ ਸੀਗਾ, ਜਿਨ੍ਹਾਂ 'ਤੇ ਜਿਹੜੀ ਜਨਮ ਤਰੀਕ ਸੀਗੀ 5 ਸਪਤੰਬਰ ਸੀਗੀ। ਸੋ ਉਸ 5 ਸਪਤੰਬਰ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਮੇਰੇ ਜਨਮਦਿਨ ਨੂੰ ਜਨਮਦਿਨ ਦੇ ਤੌਰ 'ਤੇ ਮਨਾਉਣ ਦੀ ਬਜਾਏ ਜੇ ਉਹਨੂੰ ਟੀਚਰ ਡੇ ਦੇ ਤੌਰ 'ਤੇ ਮਨਾਇਆ ਜਾਵੇ ਤਾਂ ਮੈਨੂੰ ਜ਼ਿਆਦਾ ਮਾਣ ਮਹਿਸੂਸ ਹੋਵੇਗਾ। ਸੋ ਉਸ ਦਿਨ ਤੋਂ ਉਹਨਾਂ ਦੇ ਜਿਹੜਾ 5 ਸਪਤੰਬਰ ਨੂੰ ਟੀਚਰ ਡੇ ਦੇ ਤੌਰ 'ਤੇ ਮਨਾਇਆ ਜਾਣ ਲੱਗਾ। ਸੋ ਇਸ ਤਰ੍ਹਾਂ ਸ਼ੁਰੂਆਤ ਹੋਈ ਟੀਚਰ ਡੇ ਦੀ। ਜੇ ਆਪਾਂ ਟੀਚਰ ਡੇ ਦੀ ਗੱਲ ਕਰੀਏ, ਇੰਟਰਨੈਸ਼ਨਲ ਟਾਈਮ ਜਿਹੜੀ ਇਹਦੀ ਡੇਟ ਹੈਗੀ ਆ ਉਹ 5 ਅਕਤੂਬਰ ਆ, ਬਟ ਇੰਡੀਆ ਦੇ ਵਿੱਚ ਇਹ 5 ਸਪਤੰਬਰ ਆ। ਇਸੇ ਤਰ੍ਹਾਂ ਅਲੱਗ ਅਲੱਗ ਦੇਸ਼ਾਂ ਦੀ ਆਪਣੀ ਆਪਣੀ ਅਲੱਗ ਅਲੱਗ ਜਿਹੜੀ ਡੇਟ ਵੀ ਹੁੰਦੀ ਹੈ, ਅਤੇ ਵਰਲਡ ਵਾਈਡ ਜਿਹੜਾ ਹੈ ਇਹ 5 ਅਕਤੂਬਰ ਨੂੰ ਮਨਾਇਆ ਜਾਂਦਾ ਆ। ਸੋ ਜੇ ਟੀਚਰ ਦੀ ਗੱਲ ਕਰਨਾ ਚਾਹੀਏ ਤਾਂ ਟੀਚਰ ਸਭ ਤੋਂ ਪਹਿਲਾਂ ਕਿੱਥੋਂ ਸ਼ੁਰੂਆਤ ਹੁੰਦੀ ਹੈ? ਟੀਚਰ ਦੀ ਸ਼ੁਰੂਆਤ ਹੁੰਦੀ ਹੈ ਘਰ ਦੇ ਵਿੱਚੋਂ। ਘਰ ਵਿੱਚ ਸਾਡੇ ਮਦਰ ਜੋ ਕਿ ਸਾਨੂੰ ਖਾਣਾ ਪੀਣਾ, ਲਿਖਣਾ, ਬੋਲਣਾ, ਤੁਰਨਾ ਸਿਖਾਉਂਦੇ ਨੇ, ਉਹ ਹੁੰਦੇ ਨੇ ਸਾਡੇ ਫਸਟ ਟੀਚਰ। ਅਤੇ ਸੈਕਿੰਡ ਟੀਚਰ ਸਾਨੂੰ ਉਦੋਂ ਮਿਲਦੇ ਨੇ ਜਦੋਂ ਅਸੀਂ ਸਕੂਲ ਦੇ ਅੰਦਰ ਜਾਂਦੇ ਹਾਂ, ਅਤੇ ਜਦੋਂ ਅਸੀਂ ਰੋਂਦੇ ਹੋਏ ਸਕੂਲ ਦੇ ਅੰਦਰ ਜਾਂਦੇ ਹਾਂ ਤਾਂ ਸਾਡੀ ਟੀਚਰ ਸਾਨੂੰ ਡਾਂਟ ਕੇ ਅਤੇ ਪਿਆਰ ਦੇ ਨਾਲ ਸਕੂਲ ਦੇ ਅੰਦਰ ਲੈ ਜਾਂਦੀ ਆ। ਉੱਥੋਂ ਸ਼ੁਰੂਆਤ ਹੋ ਜਾਂਦੀ ਆ ਏ ਫੋਰ ਐਪਲ ਅਤੇ ਬੀ ਫੋਰ ਬੋਲ ਦੀ। ਅਤੇ ਜਦੋਂ ਉੱਥੋਂ ਸ਼ੁਰੂਆਤ ਹੁੰਦੀ ਹੈ ਤਾਂ ਹੌਲੀ ਹੌਲੀ ਟੀਚਰਸ ਦੇ ਨਾਲ ਪਿਆਰ ਪੈਣ ਤੋਂ ਬਾਅਦ ਆਪਾਂ ਕਲਾਸਿਸ ਨੂੰ ਪਾਰ ਕਰਦੇ ਜਾਂਦੇ ਹਾਂ। ਅਤੇ ਕਦੀ ਕਦੀ ਕਲਾਸਿਸ ਦੇ ਵਿੱਚ ਇੱਦਾਂ ਵੀ ਹੁੰਦਾ ਹੈ ਕਿ ਸਰ ਆਉਂਦੇ ਆ ਅਤੇ ਡਰ ਵੀ ਆ ਜਾਂਦਾ ਆ, ਅਤੇ ਡਰ ਆਉਣ ਦੇ ਨਾਲ ਕਾਫੀ ਜਿਹੜੀਆਂ ਚੀਜ਼ਾਂ ਆ ਉਹ ਹੋਰ ਚੇਂਜ ਹੋ ਜਾਂਦੀਆਂ, ਸਟ੍ਰਿਕਟ ਹੋ ਜਾਂਦੀਆਂ। ਸੋ ਇਸੇ ਤਰ੍ਹਾਂ ਆਪਾਂ ਜਿਹੜੀਆਂ ਆ ਅਲੱਗ ਅਲੱਗ ਟੀਚਰਸ ਤੋਂ ਨਵੀਆਂ ਨਵੀਆਂ ਚੀਜ਼ਾਂ ਸਿੱਖਦੇ ਜਾਂਦੇ ਹਾਂ ਅਤੇ ਆਪਣੀ ਕਲਾਸਿਸ ਦੇ ਵਿੱਚ ਅੱਗੇ ਵੱਧਦੇ ਜਾਂਦੇ ਹਾਂ। ਸੋ ਜ਼ਰੂਰੀ ਨਹੀਂ ਹੁੰਦਾ ਕਿ ਟੀਚਰ ਉਹੀ ਹੁੰਦੇ ਨੇ ਜੋ ਕਿ ਸਾਨੂੰ ਪੜ੍ਹਾਈ ਕਰਾਉਂਦੇ ਨੇ, ਟੀਚਰ ਉਹ ਵੀ ਹੁੰਦੇ ਨੇ ਜਿਹੜੇ ਕਿ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਕਈ ਚੀਜ਼ਾਂ ਆ ਜੋ ਜ਼ਿੰਦਗੀ ਜੀਣ ਦੇ ਲਈ ਜ਼ਰੂਰੀ ਆ ਉਹ ਚੀਜ਼ਾਂ ਵੀ ਸਾਨੂੰ ਸਿਖਾਉਂਦੇ ਨੇ। ਸੋ ਕਈ ਤਰ੍ਹਾਂ ਦੇ ਸਕਿੱਲਸ ਵੀ ਹੋ ਸਕਦੇ ਨੇ, ਜਿੱਦਾਂ ਕਿ ਡਾਂਸਿੰਗ, ਸਿੰਗਿੰਗ, ਕ੍ਰਿਕਟ ਵੀ ਹੋ ਸਕਦੀ ਆ। ਸੋ ਇਹਨਾਂ ਨੂੰ ਡਿਵੈਲਪ ਕਰਾਉਣ ਵਿੱਚ ਵੀ ਤਾਂ ਹੈਲਪ ਸਾਡੇ ਗੁਰੂ ਹੀ ਕਰਦੇ ਆ, ਸੋ ਗੁਰੂ ਵੀ ਸਾਡੇ ਟੀਚਰ ਹੀ ਹੁੰਦੇ ਆ। ਸੋ ਜੇ ਮੈਂ ਐਗਜ਼ਾਮਪਲ ਦੇਣਾ ਚਾਹਾਂਗੀ, ਕਿਸੇ ਬਹੁਤ ਹੀ ਵਧੀਆ ਐਗਜ਼ਾਮਪਲ ਜੇ ਮੈਂ ਕਿਸੇ ਮਹਾਨ ਟੀਚਰ ਦੀ ਦੇਣਾ ਚਾਹਾਂਗੀ ਤਾਂ ਉਹ ਆਨੰਦ ਕੁਮਾਰ ਜੀ ਆ, ਜੋ ਕਿ ਯੂਪੀ ਦੇ ਰਹਿਣ ਵਾਲੇ ਨੇ ਅਤੇ ਬਹੁਤ ਹੀ ਮਹਾਨ ਟੀਚਰ ਹੈ ਕਿ ਉਹ ਬਹੁਤ ਹੀ ਲੋਅਰ ਫੈਮਿਲੀ ਦੇ ਵਿੱਚ ਉਹ ਉੱਠੇ ਸੀਗੇ ਅਤੇ ਉਹਨਾਂ ਨੇ ਆਪਣੀ ਪੜ੍ਹਾਈ ਕੰਪਲੀਟ ਕਰਕੇ ਬੈਕਵਰਡ ਕਲਾਸਿਸ ਦੇ ਬੱਚਿਆਂ ਨੂੰ ਜਿਹੜਾ ਆ ਐਜੂਕੇਸ਼ਨ ਪ੍ਰੋਵਾਈਡ ਕਰਨੀ ਸ਼ੁਰੂ ਕੀਤੀ, ਅਤੇ ਉਹਨਾਂ ਬੈਕਵਰਡ ਕਲਾਸਿਸ ਦੇ ਬੱਚਿਆਂ ਨੇ ਉਹਨਾਂ ਦਾ ਨਾਮ ਬਹੁਤ ਹੀ ਰੋਸ਼ਨ ਕੀਤਾ, ਅਤੇ ਹੁਣ ਉਹਨਾਂ ਦੇ ਨਾਮ ਦੇ ਉੱਤੇ ਆਨੰਦ ਕੁਮਾਰ ਜੀ ਦੇ ਨਾਮ ਦੇ ਉੱਤੇ ਇੱਕ ਫਿਲਮ ਵੀ ਜਿਹੜੀ ਆ ਰਿਲੀਜ਼ ਹੋ ਚੁੱਕੀ ਆ, ਜਿਹੜੀ ਕਿ ਸੁਪਰ 30 ਆ, ਫਿਲਮ ਦਾ ਨਾਮ ਆ ਸੁਪਰ 30। ਸੋ ਇਸ ਫਿਲਮ ਨੂੰ ਜਿਨ੍ਹਾਂ ਨੇ ਤਾਂ ਦੇਖਿਆ ਹੋਇਆ ਤਾਂ ਵਧੀਆ ਗੱਲ ਆ, ਜਿਨ੍ਹਾਂ ਨੇ ਨਹੀਂ ਦੇਖਿਆ ਤਾਂ ਜ਼ਰੂਰ ਦੇਖਣਾ, ਕਿਉਂਕਿ ਤੁਹਾਨੂੰ ਇਸ ਫਿਲਮ ਤੋਂ ਕਾਫੀ ਮੋਟੀਵੇਸ਼ਨ ਮਿਲੇਗੀ ਕਿ ਇਸ ਕਿਸ ਤਰ੍ਹਾਂ ਤੁਸੀਂ ਇੱਕ ਲੋਅਰ ਫੈਮਿਲੀ ਦੇ ਵਿੱਚੋਂ ਉੱਠ ਕੇ ਵੀ ਕਿਸ ਤਰ੍ਹਾਂ ਤੁਸੀਂ ਐਜੂਕੇਸ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਪੱਧਰ ਦੇ ਉੱਤੇ ਆਪਣੀ ਕਾਮਯਾਬੀ ਹਾਸਿਲ ਕਰ ਸਕਦੇ ਹੋ। ਸੋ
ਸੋ ਹੁਣ ਜੇ ਓਵਰਆਲ ਗੱਲ ਕੀਤੀ ਜਾਵੇ ਟੀਚਰ ਜਿਨ੍ਹਾਂ ਦਾ ਕਿ ਮਹੱਤਵ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ, ਅਗਰ ਤੁਸੀਂ ਉਹਨਾਂ ਨੂੰ ਥੈਂਕਸ ਵੀ ਕਹਿ ਦਿੰਦੇ ਹੋ, ਜੋ ਵੀ ਉਹਨਾਂ ਨੇ ਤੁਹਾਡੇ ਲਈ ਕੀਤਾ ਹੈ ਉਹਨਾਂ ਨੂੰ ਥੈਂਕਸ ਵੀ ਕਹਿ ਦਿੰਦੇ ਹੋ, ਤਾਂ ਉਹਨਾਂ ਲਈ ਬਹੁਤ ਵੱਡਾ ਹੋ ਜਾਂਦਾ ਆ। ਸੋ ਇਸ ਕਰਕੇ ਆਪਣੇ ਟੀਚਰ ਦੀ ਹਮੇਸ਼ਾ ਰਿਸਪੈਕਟ ਕਰੋ, ਉਹਨਾਂ ਨੂੰ ਥੈਂਕਸ ਕਹਿੰਦੇ ਰਹੋ ਅਤੇ ਉਹਨਾਂ ਦੇ ਨਾਲ ਹਮੇਸ਼ਾ ਜੁੜੇ ਰਹੋ, ਕਿਉਂਕਿ ਉਹੀ ਤੁਹਾਨੂੰ ਜ਼ਿੰਦਗੀ ਵਿੱਚ ਹਮੇਸ਼ਾ ਗਾਈਡ ਕਰਨਗੇ, ਉਹੀ ਤੁਹਾਨੂੰ ਹਮੇਸ਼ਾ ਜ਼ਿੰਦਗੀ 'ਚ ਕੁਛ ਨਾ ਕੁਛ ਨਵਾਂ ਸਿਖਾਉਂਦੇ ਰਹਿਣਗੇ। ਸੋ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ, ਔਰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਵੀਡੀਓ ਕਿਹੋ ਜਿਹੀ ਲੱਗੀ, ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਥੈਂਕ ਯੂ।